नमस्कार, मैं हूं निशा और आप देख रहे हैं इंडिया क्राइम न्यूज़ 24। बटाला शहर में सीनियर वाइस प्रेसिडेंट कांग्रेस डिप्टी वोहरा जी ने रात को 11 से 11:30 बजे के करीब पूरे बटाला शहर में गरीबों को कंबल बांटे। इसके दौरान जब वह सिविल हॉस्पिटल में कंबल बांटने गए तो वहां पर एक बुजुर्ग महिला एडमिट थी जिनके आगे पीछे कोई नहीं था, तो डिप्टी वोहरा जी ने उसी समय उनको 2,000 रुपये कैश दिए और डॉक्टर्स को ये भी कहा कि जब तक वह महिला अस्पताल में हैं उनके इलाज का सारा खर्चा डिप्टी वोहरा जी खुद देंगे। बटाला से रमन कुमार जतेंद्र कुमार की खास रिपोर्ट। ਮੈਂ ਤਰਨ ਦੇ ਬਾਹਰ ਦੇ ਕੰਮ ਆ ਰਿਹਾ, ਮੈਂ ਉਤਰਾ, ਮੈਂ ਇੰਦਰਜੀਤ ਬੋਲੀ ਦਿੰਦਾ ਰਿਹਾ ਪਹਿਲੇ। ਅੱਛਾ, ਅਤੇ ਹੁਣ ਘੱਟੋ ਘੱਟ ਮੇਰੇ ਕੋਲ ਇੱਥੇ 10-15 ਸਾਲ ਹੋ ਗਿਆ। ਅੱਛਾ, ਸਟੇਸ਼ਨ 'ਤੇ ਰਹਿੰਦਾ। ਅੱਛਾ, ਹਰ ਦਿਨ 4 ਦਿਨ ਸਾਰੇ ਸਾਰੇ ਵੀ ਜਾਂਦੇ ਆ। ਨਹੀਂ ਨਹੀਂ, ਉਹਦਾ ਨਹੀਂ ਕੋਈ ਚੱਕਰ, ਤੁਸੀਂ ਮੈਂ ਤਾਂ ਸਿਰਫ ਇਸੇ ਚੱਕਰ 'ਚ ਆਇਆ ਕਿ ਜੇ ਕੋਈ ਬੰਦੇ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਆ, ਕਿ ਉਹਦੇ ਰਾਤ ਨੂੰ ਠੰਡ ਹੋ ਗਈ ਆ, ਮੈਂ ਕਿਹਾ ਕਿਸੇ ਨੇ ਪਤਾ ਨਹੀਂ ਕੰਬਲ ਲਿਆ ਹੁੰਦਾ ਨਹੀਂ ਲਿਆ ਹੁੰਦਾ। ਸਾਡੀ ਸਾਰੀ ਟੀਮ ਗੁਰੂ ਨਾਨਕ ਨਗਰ ਤੋਂ ਤੁਹਾਡੀ ਵੀ ਆਈ ਆ ਸਿਰਫ ਇਸੇ ਚੱਕਰ 'ਚ ਕਿ ਕਿਸੇ ਵੀ ਬੰਦੇ ਨੂੰ, ਮਤਲਬ ਕਿ ਜਿਵੇਂ ਠੰਡ ਆ ਗਈ ਆ, ਕਿਸੇ ਸਮਾਨ ਬਜ਼ੁਰਗੋ, ਤੁਸੀਂ ਇੱਥੇ ਕਿੰਨੇ ਚਿਰ ਤੋਂ ਰਹਿ ਰਹੇ ਜੀ ਤੇ ਕੀ ਗੱਲ ਤੁਹਾਡੇ ਘਰ ਦੇ ਕਿੱਥੇ ਨੇ? ਅੱਜ ਡਿਊਟੀ ਬੋਰਾ ਜੀ ਆਏ ਨੇ ਤੁਹਾਡੇ ਕੋਲ ਨਵੇਂ ਨਗਰ ਤੋਂ, ਇਹ ਤੁਹਾਨੂੰ ਕੰਬਲ ਦਿੱਤਾ। ਅੱਜ ਤੋਂ ਪਹਿਲਾਂ ਕਦੀ ਇੱਦਾਂ ਇੱਕ ਜਾਂ ਦੋ ਵਾਰੀ ਹੋਇਆ ਜਦੋਂ ਕਦੀ ਹੋਇਆ ਦੱਸੋ, ਕਿਹਨੇ ਤੁਹਾਨੂੰ ਆ ਕੇ ਕੰਬਲ ਦਿੱਤਾ? ਇਹ ਸੁੱਤੇ ਵੇ ਨਹੀਂ ਆਉਂਦੇ ਤਰੇ ਪਰ ਕੰਬਲ ਦਿੱਤਾ ਕਦੀ ਰਾਤੀ ਇੱਦਾਂ? ਨਹੀਂ। ਇਹ ਡਿਊਟੀ ਬੋਰਾ ਜੀ ਦਾ ਬਹੁਤ ਵਧੀਆ ਉਪਰਾਲਾ ਵਾ, ਡਿਊਟੀ ਬੋਰਾ ਨੇ ਦਿਆ ਹੈ ਕੰਬਲ। ਅੱਜ ਤੱਕ ਪਹਿਲੇ ਬਟਾਲਾ ਮੇ ਕਿਸੀ ਨੇ ਆਪਕੋ ਐਸੇ ਕੰਬਲ ਦਿਆ? ਹਾਂ ਜਨਾ। ਸੁਣੀਏ, ਮੇਰੇ ਕੋਲ ਨਾ ਆਪ ਸੇ ਕੁਛ ਨਹੀਂ ਹੈ, ਸਿਰਫ ਅਸੀਸ ਚਾਹੀਏ ਭਗਵਾਨ ਕਾ, ਕਿ ਭਗਵਾਨ ਐਸੇ ਸਭਕੋ ਦੇਤਾ ਰਹੇ। ਜੈਸੇ ਹਮਾਰਾ ਮੇਰਾ ਭਾਈ ਹੈ ਛੋਟਾ ਰਣਜੀਤ ਬਾਵਾ, ਉਹ ਮੇਰੇ ਕੋਲ ਇਸ ਬਾਤ ਕੋ ਲੈ ਕੇ ਇਨਕਰੇਜ ਕਰਤਾ ਰਹਿਤਾ ਹੈ ਕਿ ਆਪ ਗਰੀਬੋ ਕਾ ਭਲਾ ਕੀਜੀਏ, ਮੈਂ ਆਪਕੇ ਸਾਥ ਹੂੰ ਔਰ ਆਨੇ ਵਾਲੇ ਟਾਈਮ ਮੇ ਹਮ ਸਭ ਕੁਛ ਚੇਂਜ ਕਰੇਂਗੇ। आप मेरे को एक बात बताइए, आपको आज से पहले किसी ने ऐसे कंबल आके दिया है रात को? हाँ जना, किसी ने नहीं दिया? रोटी भी ना मिलती, रोटी भी नहीं मिलती। जे रजीत बाबा जी के छोटे बड़े भाई हैं जी, इन्होंने आपको आगे कंबल दिया, अगर पैसे दिए, ये नोट असली है नकली नहीं है? अगर नकली होगा ना तो आप किसी भी न्यूज चैनल पर जाके बोल सकते हो, ठीक है जी? जिससे रोटी खाना ਜਿਹਦੀ ਜਿਹਦੀ ਵੀ ਬਣਨ ਵਾਲੀ ਹੋਊਗੀ ਉਹ ਆਪਾਂ ਇੱਥੇ ਬਣਾਵਾਂਗੇ, ਠੀਕ ਹੈ ਜੀ? ਇਹ ਤੁਸੀਂ ਆਪਦੇ ਕੋਲ ਹੀ ਰੱਖਿਓ, ਨਾਲ ਦੀ ਨਾਲ ਹੀ ਆਪਾਂ ਫਿਰ ਜੋ ਵੀ ਹੋਊਗਾ ਉਸ ਨੂੰ, ਠੀਕ ਹੈ ਜੀ? ਹਾਂਜੀ ਭਾਅ ਜੀ, ਹੁਣੇ ਥੋੜ੍ਹੀ ਦੇਰ ਪਹਿਲਾਂ ਗੇਮ ਦੱਸਿਆ ਸੀ ਕਿ ਤੁਸੀਂ ਕੰਬਲ ਵੰਡ ਰਹੇ ਜੀ ਰੋਡ 'ਤੇ ਜਿਹੜੇ ਲੋਕ ਸੁੱਤੇ ਨੇ ਉਹਨਾਂ ਨੂੰ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਵੇਖੋ ਜੀ, ਮੈਂ ਨਾ ਥੋੜ੍ਹੇ ਦਿਨ ਪਹਿਲਾਂ ਘਰ ਆਰਾਮ ਕਰਦਾ ਪਿਆ ਸੀ ਅਤੇ ਮੇਰੇ ਨਾ ਦਿਮਾਗ 'ਚ ਅਕਾਲ ਪੁਰਖ ਵੱਲੋਂ ਇੱਕ ਗੱਲ ਆਉਂਦੀ ਹੈ ਨਾ ਕਿ ਯਾਰ ਤੁਸੀਂ ਤਾਂ ਘਰ ਸੁੱਤੇ ਪਏ ਹੋ, ਅਤੇ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਹੋਣਗੇ ਜਿਹਨਾਂ ਨੂੰ ਕੋਈ ਰੋਟੀ ਨਹੀਂ ਮਿਲ ਰਹੀ, ਕੋਈ ਬਾਹਰ ਠੰਡ ਵੱਧ ਰਹੀ ਆ, ਅਤੇ ਉਹ ਵਿਚਾਰੇ ਕਿੱਦਾਂ ਬਾਹਰ ਸੌਂਦੇ ਹੋਣਗੇ? ਸੋ ਮੈਂ ਸੋਚਿਆ, ਮੇਰੀ ਸਾਰੀ ਟੀਮ ਨਾਲ ਮੈਂ ਸਲਾਹ ਕੀਤੀ, ਰਾਜੇ ਹੋਰਾਂ ਨਾਲ, ਭਾਣ ਹੋਰਾਂ ਨਾਲ, ਰਵਿੰਦਰ ਭਾਅ ਜੀ ਨਾਲ, ਰਿਆੜ ਸਾਹਿਬ ਨਾਲ, ਉਦੋਂ ਵਾਲੀ ਸਾਹਿਬ ਨਾਲ, ਜਸਵੀਰ ਨਾਲ, ਸਾਰਿਆਂ ਨਾਲ ਮਿੱਟੇ ਹੋਣਾਂ ਨਾਲ ਸਾਰੀ ਸਲਾਹ ਕੀਤੀ। ਮੈਂ ਕਿਹਾ ਯਾਰ ਸਾਨੂੰ ਇਹਨਾਂ ਲਈ ਤਾਂ ਕੁਛ ਕਰੋ, ਕਿ ਸਾਰੇ ਲੋਕ ਗੱਲਾਂ ਕਰ ਦਿੰਦੇ ਆ ਕਿ ਯਾਰ ਆਹ ਕਰ ਦੀਏ ਉਹ ਕਰ, ਕਿਸੇ ਨੇ ਕੁਛ ਨਹੀਂ, ਪਲੀਜ਼। ਮੈਨੂੰ ਜਿੰਨੀ ਕੁ ਸਮਝ, ਫਿਰ ਮੈਂ ਇਹਨਾਂ ਨੇ ਮੈਨੂੰ ਕਿਹਾ ਹਾਂਜੀ ਭਾਅ ਜੀ ਇਹ ਗੱਲ ਤੁਹਾਡੀ 100% ਸਹੀ ਹੈ ਕਿ ਸਾਨੂੰ ਇਹਨਾਂ ਗਰੀਬਾਂ ਲਈ ਜ਼ਰੂਰ, ਮੈਂ ਕਿਹਾ ਇਹ ਇਹ ਦਿਨ ਟਾਈਮ ਨਹੀਂ ਚੂਜ਼ ਕਰਨਾ, ਮੈਂ ਕਿਹਾ ਆਪਾਂ ਰਾਤ ਨੂੰ ਨਿਕਲਾਂਗੇ, ਹਰ ਹਾਲ ਦੇ ਵਿੱਚ ਉਹ ਬੰਦੇ ਚੂਜ਼ ਕਰਾਂਗੇ ਜਿੱਥੇ ਨੀਡੀ ਬੰਦੇ ਆ ਉਹਨਾਂ ਨੂੰ ਜਾ ਕੇ ਮਿਲਾਂਗੇ, ਚਾਹੇ ਉਹ ਹੋਸਪਿਟਲ ਹੋਵੇ, ਸਟੇਸ਼ਨ। ਹੋਰਾਂ ਸਾਹਿਬ ਨੇ ਰਾਤ ਦਾ ਹੀ ਟਾਈਮ ਕਿਉਂ ਚੁਣਿਆ?
ਦੇਖੋ ਰਾਤ ਦਿਨ ਦੇ ਟਾਈਮ ਤਾਂ ਦੁਨੀਆ ਦੀ ਭੀੜ ਤੁਰੀ ਫਿਰਦੀ ਹੈ ਸੜਕਾਂ ਦੇ ਉੱਤੇ, ਰਾਤ ਦਾ ਟਾਈਮ 'ਚ ਚਲੋ ਸਾਰੇ ਆਪਾਂ ਆਪਣੇ ਘਰਾਂ 'ਚ ਸੁੱਤੇ ਹੁੰਦੇ, ਅਤੇ ਜਿਹੜੇ ਬੰਦੇ ਨੀਡੀ ਹੁੰਦੇ ਹੈ ਨਾ ਉਹਨਾਂ ਨੂੰ ਫਿਰ ਜਦੋਂ ਜ਼ਰੂਰਤ ਹੁੰਦੀ ਉਹ ਫਿਰ ਬੰਦੇ ਉਹ ਲੱਭਦੇ ਆ, ਰਾਤ ਪਛਾਣ ਕਰਨੀ ਸੌਖੀ, ਪਛਾਣ ਕਰਨੀ ਸੌਖੀ ਜੀ। ਅਤੇ ਇਹਦੇ ਬਾਰੇ ਤੁਹਾਡਾ ਖਿਆਲ ਕਿੱਦਾਂ ਆਇਆ ਕਿ ਤੁਸੀਂ? ਦੇਖੋ ਇਸ ਕੰਮ ਲਈ ਮੈਨੂੰ ਮੇਰਾ ਛੋਟਾ ਵੀਰ ਰਣਜੀਤ ਬਾਵਾ ਬਹੁਤ ਇਨਕਰੇਜ ਕਰਦਾ ਕਿ ਡਿਪਟੀ ਭਾਅ ਜੀ ਤੁਸੀਂ ਗਰੀਬਾਂ ਦੀ ਜ਼ਰੂਰ ਮਦਦ ਕਰਿਆ ਕਰੋ, ਕਿਉਂਕਿ ਉਹ ਆਪ ਵੀ ਇੱਕ ਬਹੁਤ ਵਧੀਆ ਇਨਸਾਨ ਹੈ, ਉਹ ਉਹਦੀ ਇੱਕ ਰੂਹ ਪਰਮਾਤਮਾ ਨੂੰ ਬਹੁਤ ਜ਼ਿਆਦਾ ਤਰੱਕੀ ਦੇਵੇ, ਅੱਗੇ ਹੀ ਬਹੁਤ ਖੁਸ਼ ਹੈ, ਪਰ ਪਰਮਾਤਮਾ ਮੈਨੂੰ ਲੱਗਦਾ ਕਿ ਉਹਨੂੰ ਕਿਸੇ ਇਸ ਮੁਕਾਮ 'ਤੇ ਵੀ ਆ ਕੇ ਸੇ ਉਹ ਵੀ ਮੈਨੂੰ ਪਤਾ ਬਹੁਤ ਸੇਵਾ ਕਰੂੰਗਾ, ਜਦੋਂ ਜਦੇ ਵੀ ਕਦੇ ਉਹ ਇਸ ਮੁਕਾਮ ਇਸ ਲੈਵਲ ਵੱਲ ਨੂੰ ਪੋਲੀਟਿਕਸ ਵੱਲ ਨੂੰ ਆਇਆ। ਜਦੋਂ ਹੁਣ ਅੱਗੋਂ ਕ੍ਰਿਸਮਿਸ ਆ ਰਹੀ ਹੈ, ਕ੍ਰਿਸਮਿਸ 'ਤੇ ਤੁਸੀਂ ਦੇਸ਼ ਵਾਸੀਆਂ ਨੂੰ ਕੀ ਸੁਨੇਹ ਦੇਣਾ ਚਾਹੋਗੇ? ਬਸ ਇੱਦਾਂ ਹੀ ਸੇਵਾ ਕਰੋ ਜੀ, ਹਰੇਕ ਦੀ ਹਰੇਕ ਵਾਸਤੇ, ਕ੍ਰਿਸਮਿਸ ਹੀ ਕ੍ਰਿਸਮਿਸ ਆ, ਦਿਵਾਲੀ ਆ, ਨਵਾਂ ਸਾਲ ਆ, ਇਹ ਸਮਝ ਲਓ ਤੁਸੀਂ ਇੱਕ ਗਰੀਬ ਦਾ ਭਲਾ ਕਰਤਾ, ਅਤੇ ਸਾਰੇ ਦਿਵਾਲੀ ਦੇ ਪਟਾਕੇ ਚਲਾ ਲਓ, ਨਵੇਂ ਸਾਲ ਦੀਆਂ ਮਿਠਾਈਆਂ, ਇਹੋ ਹੀ ਸਾਡੀਆਂ ਸਾਰੀਆਂ ਮਿਠਾਈਆਂ ਇਹ ਸਾਡੇ ਦਿਵਾਲੀ ਦੇ ਪਟਾਕੇ। ਇੰਡੀਆ ਕ੍ਰਾਈਮ 24 ਨਾਲ ਗੱਲ ਕਰਨਾ, ਤੁਹਾਡਾ ਧੰਨਵਾਦ। ਥੈਂਕ ਯੂ ਜੀ, ਧੰਨਵਾਦ।